ਸਤਿ ਸ਼੍ਰੀ ਅਕਾਲ ਜੀ ਮੈਂ ਜੈਸਿਕਾ ਤੁਹਾਡਾ ਸਵਾਗਤ ਕਰਦੀ ਹਾਂ ਸਮਾਜ ਟੀਵੀ ਵਿੱਚ ਅਤੇ ਤੁਸੀਂ ਦੇਖ ਰਹੇ ਹੋ ਸਾਡਾ ਅਹਿਮ ਪ੍ਰੋਗਰਾਮ ਸਾਂਝ ਜ਼ਿਲ੍ਹਾ ਦੀ ਪਿਆਰੇ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪਣੇ ਪ੍ਰੋਗਰਾਮ ਵਿੱਚ ਇੱਥੇ ਅਲੱਗ ਅਲੱਗ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਨੋਬਲ ਮਾਨ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਤੁਹਾਡੀ ਪੂਰੀ ਟੀਮ ਦਾ ਅਤੇ ਨਾਲ ਹੀ ਸਰੋਤਿਆਂ ਨੂੰ ਵੀ ਜੀਆਂ ਨੂੰ ਆਖਦੇ ਹਾਂ ਅਸੀਂ ਸੋ ਮਿਹਰਬਾਨੀ ਤੁਹਾਡੀ ਸਾਡੇ ਇੱਥੇ ਤੁਸੀਂ ਵਿਰਾਜਮਾਨ ਹੋਏ ਹਾਂਜੀ ਅਤੇ ਨੋਬਲ ਜੀ ਆਪਾਂ ਜੇ ਗੱਲਬਾਤ ਕਰੀਏ ਥੋੜ੍ਹਾ ਜਿਹਾ ਸਾਨੂੰ ਆਪਣੇ ਪਾਸਟ ਬਾਰੇ ਜਾਂ ਫਿਰ ਹੋਮ ਟਾਊਨ ਬਾਰੇ ਦੱਸ ਦਿਓ ਪਿਛੋਕੜ ਦੱਸ ਦਿਓ ਮਾੜਾ ਜਿਹਾ ਆਪਣਾ ਪਿਛੋਕੜ ਇਹ ਹੈ ਜੀ ਮੇਰਾ ਪਿੰਡ ਹਰੀਗੜ੍ਹ ਹੈ ਨਾਭੇ ਨੂੰ ਵੀ ਬਿਲੋਂਗ ਕਰਦੇ ਹਾਂ ਬਹੁਤ ਸਾਰੇ ਕਲਾਕਾਰ ਸਾਡੇ ਨਾਭੇ ਤੋਂ ਹਰਜੀਤ ਹਰਮਨ ਭਾਅ ਜੀ ਉਰੀ ਸਾਰਥੀ ਸਾਰੇ ਅਸੀਂ ਸਾਰਥੀ ਤਾਂ ਖੈਰ ਮੇਰੇ ਨਾਲ ਹੀ ਰਿਹਾ ਕਾਫੀ ਟਾਈਮ ਅਸੀਂ ਇੱਥੋਂ ਨਾਭੇ 'ਚ ਹੀ ਉੱਠ ਕੇ ਅਤੇ ਮੈਂ ਬਹੁਤ ਹੀ ਇਹ ਚੀਜ਼ ਦਾ ਸ਼ੁਕਰਗੁਜ਼ਾਰ ਕਰਦਾ ਇਸ ਲਾਈਨ ਦਾ ਮੀਡੀਆ ਦਾ ਨਾ ਕਿਉਂਕਿ ਮੈਂ ਸਿਵਲ ਹੋਸਪਿਟਲ ਨਾਭਾ ਦੇ ਵਿੱਚ ਪੋਸਟਿੰਗ ਵੀ ਹਾਂ ਅਤੇ ਬਟ ਇਸ ਲਾਈਨ ਦੇ ਥਰੂ ਮੈਨੂੰ ਵਰਲਡ ਟੂਰ ਕਰਨ ਦਾ ਮੌਕਾ ਮਿਲਿਆ ਨਾ ਅਸੀਂ ਹਰ ਹਰ ਅਲੱਗ ਅਲੱਗ ਕੰਟਰੀਆਂ ਦੇ ਵਿੱਚ ਸ਼ੋਅ ਵਗੈਰਾ ਕੀਤੇ ਆ ਸੋ ਬਹੁਤ ਕੁਛ ਦੇਣ ਆ ਇਸ ਲਾਈਨ ਐਕਸਪੀਰੀਅੰਸ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਤੇ ਆਪਾਂ ਗੱਲ ਕਰੀਏ ਕਿ ਕੈਰੀਅਰ ਦੀ ਸਟਾਰਟਿੰਗ ਮਤਲਬ ਜਿਵੇਂ ਕਿ ਤੁਹਾਨੂੰ ਬਚਪਨ ਤੋਂ ਸ਼ੌਂਕ ਸੀ ਜਾਂ ਤੁਸੀਂ ਕਿਸ ਤੋਂ ਇਨਸਪਾਇਰ ਹੋਏ ਸੀਗੇ ਨਹੀਂ ਮੈਨੂੰ ਖੈਰ ਬਚਪਨ ਤੋਂ ਹੀ ਸ਼ੌਂਕ ਸੀਗਾ ਜੀ ਮੈਂ 4th ਕਲਾਸ ਦੇ ਵਿੱਚ ਹੀ ਗਾਉਂਦਾ ਆ ਰਿਹਾ ਸੀ ਸਕੂਲ ਟਾਈਮ ਫਿਰ 10th ਕਲਾਸ 10th ਸਟੈਂਡਰਡ ਤੋਂ ਬਾਅਦ ਕਾਲਜ ਕਾਲਜ ਦੇ ਵਿੱਚ ਵੀ ਗਾਉਂਦੇ ਰਹੇ ਪਰ ਸ਼ੌਂਕ ਹੀ ਹੁੰਦਾ ਸੀ ਉਸ ਟਾਈਮ ਮਤਲਬ ਇਹ ਨਹੀਂ ਸੀ ਕਿ ਮੈਂ ਐਜ਼ ਆ ਕੈਰੀਅਰ ਚੂਜ਼ ਕਰਾਂ ਬਿਲਕੁਲ ਬਿਲਕੁਲ ਸ਼ੌਂਕੀਆ ਤੌਰ ਤੇ ਉਸ ਟਾਈਮ ਤੱਕ ਚੱਲ ਰਿਹਾ ਸੀ ਹਾਂਜੀ ਹਾਂਜੀ ਸ਼ੌਂਕੀਆ ਗਾਉਂਦੇ ਸੀਗੇ ਸੋ ਅਸੀਂ ਮੈਂ ਸਾਰਥੀ ਕੌਰਬੀ ਅਤੇ ਐਮੀ ਵਿਰਕ ਅਸੀਂ ਸਾਰੇ ਇਕੱਠੇ ਹੀ ਮਤਲਬ ਸਟੇਜਾਂ ਕੀਤੀਆਂ ਹੋਈਆਂ ਨੇ ਬਟ ਇਹਨਾਂ ਨੇ ਪ੍ਰੋਫੈਸ਼ਨ ਬਣਾਇਆ ਨਾ ਅਤੇ ਅਸੀਂ ਕੁਛ ਜੋਬ ਕਰਕੇ ਜਾਂ ਘਰੇਲੂ ਉਹਦੇ ਕਰਕੇ ਥੋੜ੍ਹਾ ਜਿਹਾ ਮਤਲਬ ਕਹਿ ਸਕਦੇ ਕਿ ਡਿਊ ਟੂ ਸਮ ਰੀਜ਼ਨ ਬਿਲਕੁਲ ਬਿਲਕੁਲ ਠੀਕ ਹੈ ਮਤਲਬ ਐਜ਼ ਅ ਸ਼ੌਂਕ ਅਤੇ ਤੁਹਾਨੂੰ ਮਤਲਬ ਕਦੀ ਐਵੇਂ ਨਹੀਂ ਲੱਗਿਆ ਕਿ ਤੁਹਾਨੂੰ ਇਸਨੂੰ ਹੋਰ ਥੋੜ੍ਹਾ ਅੱਗੇ ਲੈ ਕੇ ਜਾਣਾ ਚਾਹੀਦਾ ਬਿਲਕੁਲ ਆ ਜੀ ਹੁਣ ਅਸੀਂ ਕਾਫੀ ਕੁਛ ਕਰ ਰਹੇ ਹਾਂ ਕਿਉਂਕਿ 2013 ਦੇ ਵਿੱਚ ਮੇਰੀ ਐਲਬਮ ਆਈ ਸੀ ਯਾਰ ਜੁਗਾੜੀ ਤੇ ਹੁਣ ਅਸੀਂ ਮੂਵੀ ਦਾ ਪਲਾਨ ਆਊਟ ਵੀ ਕਰ ਰਹੇ ਹਾਂ ਮਤਲਬ ਤੁਸੀਂ ਪ੍ਰੋਜੈਕਟਸ ਨੈਕਸਟ ਕਾਫੀ ਆ ਰਹੇ ਨੇ ਹੁਣ ਕਾਫੀ ਆ ਰਹੇ ਨੇ ਕਾਫੀ ਬੈਕ ਟੂ ਬੈਕ ਸੌਂਗ ਵੀ ਹੋ ਰਹੇ ਆ ਸਾਡੇ ਬਹੁਤ ਵਧੀਆ ਗੱਲ ਹੈ 3-4 ਹੋ ਰੱਖੇ ਆ ਤੇ ਹੁਣ ਬੈਕ ਟੂ ਬੈਕ ਹੀ ਆਣਾ ਮਤਲਬ ਤੁਸੀਂ ਪੂਰੀ ਤਿਆਰੀ ਕਰ ਰੱਖੀ ਆ ਹੁਣ ਮਤਲਬ ਵਾਪਸ ਮਤਲਬ ਇੱਕਦਮ ਆਪਾਂ ਧਮਾਲ ਪਾ ਦੇਣੀ ਹੈ ਕਹਿ ਸਕਦੇ ਹਾਂ ਬਿਲਕੁਲ ਹੈ ਜੀ ਬਿਲਕੁਲ ਠੀਕ ਹੈ ਥੋੜਾ ਜਿਹਾ ਸਾਨੂੰ ਦੱਸ ਦਿਓ ਕਿ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਹੈ ਫੈਮਿਲੀ 'ਚ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀਗੇ ਉਹਨਾਂ ਨੂੰ ਹੋ ਗਏ 1.5-2 ਸਾਲ ਜੀ 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 ਤੇ ਮਦਰ ਹੈਗੇ ਆ ਬ੍ਰਦਰ ਹੈਗੇ ਆ ਵਾਈਫ ਹੈ ਇੱਕ ਬੇਟਾ ਹੈ ਮੇਰਾ ਤੇ ਅੱਛੀ ਹੈ ਸਭ ਫੈਮਿਲੀ ਲਾਈਫ ਓਕੇ ਹੈ ਤੇ ਚਲੋ ਫੈਮਿਲੀ ਵੱਲੋਂ ਜਿਸ ਟਾਈਮ ਤੁਸੀਂ ਕਾਲਜ 'ਚ ਗਾਉਂਦੇ ਸੀ ਜਾਂ ਸਕੂਲ 'ਚ ਗਾਉਂਦੇ ਸੀ ਮਤਲਬ ਸਪੋਰਟ ਕਿਵੇਂ ਦੀ ਸੀਗੀ ਉਹਨਾਂ ਵੱਲੋਂ ਸਪੋਰਟ ਸੱਚ ਕਹਾਂ ਤਾਂ ਮੈਨੂੰ ਕੋਈ ਜ਼ਿਆਦਾ ਚੰਗਾ ਨਹੀਂ ਸਮਝਦੇ ਹੁੰਦੇ ਸੀ ਗਾਉਣਾ ਵਜਾਉਣਾ ਕਿਉਂਕਿ ਸਾਡੀ ਫੈਮਿਲੀ ਦੇ ਵਿੱਚ ਇਹ ਚੀਜ਼ ਮੰਨੀ ਜਾਂਦੀ ਸੀ ਉਸ ਟਾਈਮ ਹੁੰਦਾ ਵੀ ਸੀਗਾ ਉਦੋਂ ਇਹ ਮੰਨਦੇ ਹੁੰਦੇ ਸੀ ਕਿ ਯਾਰ ਇਹ ਮਰਾਸੀਆਂ ਦਾ ਗਾਉਣ ਵਜਾਉਣਾ ਹੈ ਜੱਟਾਂ ਗੁੱਟਾਂ ਦੇ ਮੁੰਡਿਆਂ ਨੂੰ ਠੀਕ ਹੈ ਵਰਡ ਯੂਜ਼ ਕੀਤਾ ਹੈ ਇਹ ਮਤਲਬ ਐਕਚੁਅਲ 'ਚ ਇਹ ਵਰਡ ਐਕਚੁਅਲ 'ਚ ਸੀਗਾ ਬਿਲਕੁਲ ਹੈ ਜੀ ਕਿਉਂਕਿ ਇਹ ਘਰਾਨੇ ਦੇ ਹੁਣ ਆਪਣੇ ਸਲੀਮ ਸਾਹਿਬ ਉਰੀ ਹੋ ਗਏ ਸਾਰੇ ਹਨ ਇਹ ਇਹਨਾਂ ਘਰਾਨੇ 'ਚ ਹੀ ਨੇਗੇ ਬਿਲਕੁਲ ਔਰ ਕਲਾਕਾਰੀ ਵੀ ਹੈਗੀ ਆ ਪਰ ਹੁਣ ਜੱਟਾਂ ਦੇ ਮੁੰਡੇ ਵੀ ਸਾਰੇ ਗਿੱਪੀ ਭਾਜੀ ਉਰੀ ਆਏ ਜਦੋਂ ਤੋਂ ਦਲਜੀਤ ਭਾਜੀ ਉਰੀ ਹੈ ਨਾ ਤੇ ਇਹਨਾਂ ਨੇ ਆ ਕੇ ਸਾਰਾ ਕੁਝ ਬਦਲਤਾ ਹੈ ਸਭ ਨੂੰ ਮੌਕਾ ਆਉਣ ਦਾ ਦਿੱਤਾ ਕਹਿ ਸਕਦੇ ਕਿ ਪੁਰਾਣੀ ਧਾਰਨਾ ਬਦਲ ਰਹੀ ਹੈ ਹਾਂ ਧਾਰਨਾ ਬਦਲ ਪਈ ਹੈ ਬਿਲਕੁਲ ਹੈ ਜੀ ਕਿਉਂਕਿ ਇਹ ਮੋਸਟਲੀ ਇਹ ਵਰਡ ਯੂਜ਼ ਕੀਤਾ ਜਾਂਦਾ ਸੀ ਕਿ ਮਰਾਸੀਆਂ ਦਾ ਕੰਮ ਹੈ ਹਾਂ ਸਹੀ ਹੈ ਇਹ ਵਰਡ ਯੂਜ਼ ਕੀਤਾ ਜਾਂਦਾ ਸੀ ਤੇ ਠੀਕ ਹੈ ਸਭ ਤੋਂ ਪਹਿਲਾਂ ਪ੍ਰੋਜੈਕਟ ਕਿਹੜਾ ਤੁਸੀਂ ਕੀਤਾ ਸੀਗਾ ਮੈਂ ਸਭ ਤੋਂ ਪਹਿਲਾਂ ਪ੍ਰੋਜੈਕਟ ਮੇਰਾ ਇੱਕ ਆਇਆ ਸੀ ਯਾਰਾਂ ਨਾਲ ਮਹਿਫਲ ਯਾਰਾਂ ਨਾਲ ਮਹਿਫਲ ਸੌਂਗ ਕੀਤਾ ਸੀ ਅਸੀਂ ਅਜੇ ਸੋਤਾ ਜੀ ਨੇ ਡਾਇਰੈਕਟ ਕੀਤਾ ਸੀਗਾ ਤੇ ਫਿਰ ਉਸ ਤੋਂ ਬਾਅਦ ਬੰਦੂਕਾਂ ਆਇਆ ਬੰਦੂਕਾਂ ਤੋਂ ਬਾਅਦ ਫਿਰ ਕਾਫੀ ਬੈਕ ਟੂ ਬੈਕ 1x1 ਆਏ ਆ ਡੋਲਰ ਵਿੱਕੀ ਭਾਅ ਜੀ ਨੇ ਕੀਤਾ ਸੀ ਮੋਹਾਲੀ ਤੋਂ ਫਿਰ ਨੈਰੋ ਸਾਡੀ ਯਾਰ ਜੁਗਾੜੀ ਕੰਪਨੀ ਸੀਗੀ ਤੇ ਉਹਨਾਂ ਨੇ ਕੀਤਾ ਕਾਫੀ ਕੀਤਾ ਤਾਰੇ ਦਿਲ ਹਾਂ ਤਾਰੇ ਤਾਰੇ ਸੌਂਗ ਮੇਰੇ ਫਾਦਰ ਸਾਹਿਬ ਨੂੰ ਬਹੁਤ ਪਸੰਦ ਹੁੰਦਾ ਸੀ ਹਾਂਜੀ ਹਾਂਜੀ ਤੇ ਦਿਲ ਸੌਂਗ ਵੀ ਹੈ ਕਾਫੀ ਬੈਕ ਟੂ ਬੈਕ ਆ ਜੇ ਆਪਾਂ ਗੱਲ ਕਰੀਏ ਕਿ ਇੱਕ ਫਸਟ ਟਾਈਮ ਤੁਸੀਂ ਇੱਕ ਪ੍ਰੋਜੈਕਟ ਕੀਤਾ ਜਾਂ ਕਹਿ ਸਕਦੇ ਕਿ ਪਹਿਲਾ ਕੰਮ ਕੀਤਾ ਜੋ ਤੁਸੀਂ ਸ਼ੌਂਕੀਆ ਤੌਰ ਤੇ ਜਿਹਨੂੰ ਚੂਜ਼ ਕੀਤਾ ਸੀ ਉਸ ਟਾਈਮ ਤੁਹਾਡੇ ਮਨ 'ਚ ਫੀਲਿੰਗ ਕਿੱਦਾਂ ਦੀ ਸੀ ਮਤਲਬ ਤੁਸੀਂ ਕੀ ਮਹਿਸੂਸ ਕਰ ਰਹੇ ਸੀ ਅੰਦਰੋਂ ਅਸੀਂ ਜ਼ਿਆਦਾਤਰ ਨਾ ਕਿਉਂਕਿ ਗਾਉਣ ਦਾ ਸ਼ੌਕ ਸੀਗਾ ਸਾਨੂੰ ਹੈ ਨਾ ਸਾਡਾ ਜ਼ਿਆਦਾ ਟਾਈਮ ਨਿਕਲਿਆ ਜਗਰਾਤਿਆਂ 'ਤੇ
ਅਸੀਂ ਜਦੋਂ ਜਾਣਾ ਮੈਨੂੰ ਯਾਦ ਹੈ ਇੱਕ ਮੁੰਡਾ ਵਾਇਸ ਆਫ ਪੰਜਾਬ ਹਰਵਿੰਦਰ ਹੈਰੀ ਸਾਰਥੀ ਕੌਰ ਵੀ ਅਤੇ ਮੈਂ ਅਸੀਂ ਚਾਰਾਂ ਨੇ ਜਗਰਾਤੇ ਬਹੁਤ ਲਗਾਏ ਜਿੱਥੋਂ ਸਾਨੂੰ ਐਕਸਪੀਰੀਅੰਸ ਹੋਇਆ ਸਟੇਜ ਦਾ ਹੈ ਨਾ ਅਤੇ ਕਾਫੀ ਮੈਨੂੰ ਪਤਾ ਕਿ ਅਸੀਂ ਸਾਨੂੰ ਕੋਈ 100 ਰੁਪਇਆ ਮੇਰਾ ਖਿਆਲ ਮਿਲਿਆ ਸੀਗਾ ਪਹਿਲੇ ਜਗਰਾਤੇ ਦਾ ਜਦੋਂ ਅਸੀਂ ਜਾਣਾ ਇੱਕ ਇੱਕ ਦੋ ਦੋ ਗਾਣੇ ਗਾਣੇ ਬੜਾ ਚਾਅ ਜਿਹਾ ਹੁੰਦਾ ਸੀਗਾ ਹੈ ਨਾ ਪਰ ਉਹ ਚੀਜ਼ ਸਾਨੂੰ ਪੈਸਿਆਂ ਦਾ ਨਹੀਂ ਹੁੰਦਾ ਸੀ ਜਿੱਥੇ ਅਸੀਂ ਜਾਣਾ ਚਾਹੇ ਪਬਲਿਕ ਉੱਥੇ ਕੋਈ 1000 ਬੈਠਾ 2000 ਬੈਠਾ ਆਪਣੇ ਆਪ ਨੂੰ ਇੱਕ ਇੱਦਾਂ ਫੀਲ ਕਰਨਾ ਨਾ ਕਿ ਹਾਂ ਯਾਰ ਸਾਡੀ ਵੇਟ ਹੋ ਰਹੀ ਹੈ ਜਾਂ ਸਾਨੂੰ ਸੁਣਨ ਨੂੰ ਬੈਠੇ ਆ ਲੋਕੀ ਇੱਕ ਮਾਣ ਜਿਹਾ ਮਹਿਸੂਸ ਹੁੰਦਾ ਸੀ ਮੈਂ ਇਕੱਲੇ ਨੇ ਗਾਣਾ ਸਾਰੇ ਮੈਨੂੰ ਸਭ ਦਾ ਧਿਆਨ ਮੇਰੇ ਤੇ ਹੋਏਗਾ ਔਰ ਇੱਕ ਹਿੰਮਤ ਜੁਟਾਣੀ ਹਾਂ ਇੱਕ ਸਟਾਰਡਮ ਹੈ ਨਾ ਸਟਾਰਡਮ ਫੀਲ ਕਰਨਾ ਉਹ ਚੀਜ਼ਾਂ ਕਾਫੀ ਮਾਇਨੇ ਰੱਖਦੀਆਂ ਸੀ ਬਿਲਕੁਲ ਠੀਕ ਹੈ ਤੁਸੀਂ ਕਾਫੀ ਪ੍ਰੋਜੈਕਟਸ ਕੀਤੇ ਉਸ ਤੋਂ ਬਾਅਦ ਕਿਹੜੀ ਕਿਹੜੀ ਕੰਟਰੀ ਵਿਜ਼ਿਟ ਕੀਤੀ ਹੈ ਤੁਸੀਂ ਮੈਂ ਜ਼ਿਆਦਾਤਰ ਮੋਸਟਲੀ ਕੈਨੇਡਾ ਹਰ ਸਾਲ ਹੀ ਜਾਂਦੇ ਹਾਂ ਜੀ ਉੱਥੇ ਸ਼ੋਅ ਸਾਡੇ ਹੁੰਦੇ ਹੀ ਆ ਠੀਕ ਹੈ ਬ੍ਰੈਂਪਟਨ ਦੇ ਵਿੱਚ ਵੀ ਬੀਸੀ 'ਚ ਵੀ ਮੈਂ ਕਾਫੀ ਕਰਕੇ ਆਇਆ ਮਲੇਸ਼ੀਆ ਮਲੂਸ਼ੀਆ ਇੱਧਰ ਜਾ ਕੇ ਆਏ ਸੀਗੇ ਪਿੱਛੇ ਜੇ ਅਸੀਂ ਅਤੇ ਹੁਣ ਦੁਬਈ ਜਾਣਾ ਅਸੀਂ ਤੁਹਾਨੂੰ ਪਤਾ ਹੀ ਆ ਹੁਣ ਸਾਰਾ ਬੰਦ ਪਿਆ ਇਸ ਕਰਕੇ ਥੋੜੀ ਪ੍ਰੋਬਲਮ ਡਿਊ ਟੂ ਕੋਵਿਡ ਬਿਲਕੁਲ ਬਿਲਕੁਲ ਠੀਕ ਹੈ ਦੇ ਅਪਕਮਿੰਗ ਕਾਫੀ ਪ੍ਰੋਜੈਕਟਸ ਆ ਰਹੇ ਨੇ ਹਾਂਜੀ ਹਾਂਜੀ ਤੇ ਹਰ ਇੱਕ ਮਤਲਬ ਜ਼ਿੰਦਗੀ ਇਨਸਾਨ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਜਿਹੜਾ ਵੀ ਆਪਾਂ ਕੰਮ ਕਰਦੇ ਆ ਜ਼ਿੰਦਗੀ 'ਚ ਕੋਈ ਇਹੋ ਜਿਹੀ ਗੱਲ ਹੋਈ ਹੁੰਦੀ ਹੈ ਜਿਹੜੀ ਸਾਡੀ ਰੂਹ 'ਤੇ ਇੱਕ ਛਾਪ ਛੱਡ ਦਿੰਦੀ ਹੈ ਉਹ ਚਾਹੇ ਚੰਗੀ ਹੋਵੇ ਚਾਹੇ ਮਾੜੀ ਹੋਵੇ ਕੋਈ ਇੱਦਾਂ ਦਾ ਐਕਸਪੀਰੀਅੰਸ ਜਿਹੜਾ ਸ਼ੂਟ 'ਤੇ ਹੋਇਆ ਹੋਵੇ ਜਾਂ ਫਿਰ ਕਦੀ ਕੋਈ ਘਰ ਚੀਜ਼ ਹੋਈ ਹੋਵੇ ਕਿਤੇ ਵੀ ਉਹ ਐਵੇਂ ਦੀ ਕੋਈ ਗੱਲ ਸੁਣਾ ਦਿਓ ਸਾਨੂੰ ਇੱਦਾਂ ਦਾ ਜੀ ਇੱਕ ਮੇਰੇ ਨਾਲ ਇੰਸੀਡੈਂਟ ਕੈਨੇਡਾ ਦੇ ਵਿੱਚ ਹੋਇਆ ਸੀ ਕੈਨੇਡਾ ਸਾਡਾ ਸ਼ੋਅ ਸੀ ਮੈਂ ਜੱਸੀ ਗਿੱਲ ਸੀ ਅਤੇ ਬੱਬਲ ਰਾਏ ਭਾਅ ਜੀ ਅਤੇ ਸਾਡੇ ਨਾਲ ਸਿੱਪੀ ਭਾਅ ਜੀ ਸੀਗੇ ਕੌਰ ਵੀ ਸੀ ਅਸੀਂ ਪੰਜਾਂ ਦਾ ਸਾਡਾ ਸ਼ੋਅ ਸੀਗਾ ਕੈਨੇਡਾ ਦੇ ਵਿੱਚ ਸਾਡੀ ਇੰਟਰਵਿਊ ਸੀਗੀ ਰੇਡੀਓ 'ਤੇ ਸਾਨੂੰ ਇੱਕ ਕੁਐਸਚਨ ਪੁੱਟ ਕੀਤਾ ਗਿਆ ਕਿ ਤੁਸੀਂ ਮਤਲਬ ਤੁਹਾਡਾ ਕੀ ਅੰਦਰੋਂ ਇੱਛਾ ਕੀ ਆ ਨਾ ਕੀ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਕੀ ਚਾਹੁੰਦੇ ਹੋ ਸਾਰਿਆਂ ਨੇ ਦੱਸਿਆ ਤਾਂ ਜਦੋਂ ਮੈਨੂੰ ਇਹ ਕੁਐਸਚਨ ਪੁੱਟ ਕੀਤਾ ਗਿਆ ਤਾਂ ਮੇਰੇ ਮਨ ਦੇ ਵਿੱਚ ਇੱਕੋ ਹੀ ਖਿਆਲ ਆਇਆ ਸੀਗਾ ਮੈਂ ਉੱਥੇ ਇੱਕ ਅਨਸਰ ਇਹ ਦਿੱਤਾ ਸੀ ਕਿ ਯਾਰ ਜਿਹੜੇ ਬੰਦੇ ਸਾਡੇ ਪਿੰਡ ਦੇ ਨਾ ਕਦੀ ਸ਼ਹਿਰ ਵੀ ਨਹੀਂ ਗਏ ਮੈਨੂੰ ਇਹ ਹੈ ਕਿ ਮੈਂ ਉਹਨਾਂ ਨੂੰ ਕਦੀ ਜਹਾਜ਼ 'ਚ ਚੜ੍ਹਾਵਾਂ ਤਾਂ ਉਹ ਰੇਡੀਓ ਵਾਲੇ ਬਹੁਤ ਹੱਸੇ ਕਹਿੰਦੇ ਵੀ ਭਾਅ ਜੀ ਇਹ ਤੁਸੀਂ ਅੱਛਾ ਵੀ ਆ ਔਰ ਅਸੀਂ ਅਰਦਾਸ ਕਰਦੇ ਹਾਂ ਵੀ ਇਹ ਜਲਦੀ ਪੂਰੀ ਹੋਵੇ ਤੁਹਾਡੀ ਵਿਸ਼ ਹੈ ਨਾ ਅਤੇ ਅਸੀਂ ਹੁਣ ਸੋਚ ਵੀ ਰਿਹਾ ਸੀ ਮੈਂ ਕਈ ਵਾਰ ਆ ਹੁਣ ਵੀ ਇੱਦਾਂ ਹੁੰਦਾ ਸੀਗਾ ਕਿ ਹਾਂ ਯਾਰ ਜਿੰਨੇ ਵੀ ਹੈਗੇ ਪਿੰਡ ਦੇ ਮਤਲਬ ਉਹ ਬੰਦੇ ਹੈ ਨਾ ਕਾਫੀ ਨੇ ਗੇ ਸਾਡੇ ਪਿੰਡ ਦੇ ਵਿੱਚ ਜਿਹੜੇ ਵਿਚਾਰੇ ਰੌਣਕੀ ਨੇ ਪਰ ਕਦੇ ਬਾਹਰ ਹੀ ਨਹੀਂ ਗਏ ਉਹਨਾਂ ਕੋਲ ਕੋਈ ਆਰਥਿਕ ਸਥਿਤੀ ਉਹਨਾਂ ਦੀ ਇੰਨੀ ਕੋਈ ਬਹੁਤੀ ਚੰਗੀ ਨਹੀਂ ਹੈਗੀ ਆਪਾਂ ਫਾਈਨੈਂਸ਼ੀਅਲੀ ਹੈ ਨਾ ਅਤੇ ਮੇਰੀ ਇੱਛਾ ਇਹੀ ਹੈ ਕਿ ਉਹਨਾਂ ਨੂੰ ਮੈਂ ਸਾਰਿਆਂ ਨੂੰ ਘੁਮਾ ਕੇ ਲਿਆਵਾਂ ਜਰਾ ਤੁਹਾਡੇ ਮਨ ਦੀ ਇੱਛਾ ਹੈ ਅਤੇ ਇਹ ਬਹੁਤ ਵਧੀਆ ਗੱਲ ਹੈ ਅਤੇ ਬਹੁਤ ਵਧੀਆ ਸੋਚ ਰਹੇ ਹੋ ਤੁਸੀਂ ਅਤੇ ਕੰਮ ਦੇ ਰਿਗਾਰਡਿੰਗ ਆਪਾਂ ਗੱਲ ਕਰ ਲਈ ਸਟਰਗਲ ਬਾਰੇ ਆਪਾਂ ਜੇ ਗੱਲ ਕਰੀਏ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਟਰਗਲ ਦੇਖੋ ਕੋਈ ਵੀ ਫੀਲਡ ਹੈ ਸਟਰਗਲ ਹਰ ਬੰਦੇ ਨੂੰ ਕਰਨੀ ਪੈਂਦੀ ਆ ਬਿਲਕੁਲ ਜੋ ਮਰਜ਼ੀ ਆਪਾਂ ਸਟਾਰ ਚੁੱਕ ਲਈਏ ਚਾਹੇ ਕੋਈ ਦਲਜੀਤ ਭਾਅ ਜੀ ਵੀ ਹੈ ਨਾ ਅਸੀਂ ਬੈਠੇ ਹਾਂ ਗਿੱਪੀ ਭਾਅ ਜੀ ਉਹਦੇ ਹੋਏ ਸਾਰੇ ਹਰਜੀਤ ਹਰਮਨ ਭਾਅ ਜੀ ਸਾਡੇ ਨਾਭੇ ਤੋਂ ਸਾਰਿਆਂ ਦਾ ਜਦੋਂ ਸਟਾਰਟਅਪ ਹੋਇਆ ਐਮੀ ਭਾਅ ਜੀ ਵੀ ਮੈਂ ਨਾ ਮੈਨੂੰ ਪਤਾ ਕਿ ਕਿੱਦਾਂ ਉੱਥੇ ਰੈਂਟ 'ਤੇ ਅਸੀਂ ਰਹਿੰਦੇ ਹੁੰਦੇ ਸੀਗੇ ਸਾਨੂੰ ਪਤਾ ਕਿ ਅਸੀਂ ਕਿੱਦਾਂ ਕਈ ਵਾਰੀ ਤਾਂ ਰੈਂਟ ਲਈ ਵੀ ਪੈਸੇ ਨਹੀਂ ਹੁੰਦੇ ਸੀ ਹੈ ਨਾ ਸਟਰਗਲ ਹਾਂ ਸਟਰਗਲ ਪਰ ਬੰਦਾ ਜਦੋਂ ਇੱਕ ਕਹਿੰਦੇ ਨੇ ਸਟਰਗਲ ਕਰਕੇ ਚੀਜ਼ ਨੂੰ ਅਚੀਵ ਕਰਦਾ ਨਾ ਉਹਦਾ ਸਵਾਦ ਵੀ ਵੱਖਰਾ ਹੀ ਆ ਐਕਚੁਅਲ 'ਚ ਅਸਲੀ ਜਿੱਤ ਹੀ ਉਹ ਹੁੰਦੀ ਤੁਹਾਨੂੰ ਸਾਨੂੰ ਜੋ ਮੁਸ਼ਕਿਲਾਂ ਤੋਂ ਬਾਅਦ ਮਿਲਦੀ ਬਿਲਕੁਲ ਆ ਜੀ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਸਿੰਗਰਾਂ ਨੂੰ ਹੈ ਨਾ ਕਿਸੇ ਨੂੰ ਆਪਾਂ ਕਿਸੇ ਦੇ ਖਿਲਾਫ਼ ਨਹੀਂ ਜਾਂ ਕਿਸੇ ਨੂੰ ਪਰ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਹੈ ਨਾ ਸਿੰਗਰ ਅੱਜ ਕੱਲ੍ਹ ਜੋ ਦਿਖਾਇਆ ਜਾ ਰਿਹਾ ਉਹ ਹਿੱਟ ਆ ਹੈ ਨਾ ਅਤੇ ਜਿਹੜਾ ਬੰਦਾ ਸਟਰਗਲ ਕਰਕੇ ਜਾਂਦਾ ਨਾ ਸਟੇਜ ਦਾ ਐਕਸਪੀਰੀਅੰਸ ਲੈ ਕੇ ਉੱਪਰ ਜਾਂਦਾ ਅੱਜ ਵੀ ਮੈਂ ਬਹੁਤੇ ਇੰਨੇ ਸਿੰਗਰ ਆ ਜਿਹੜੇ ਹਿੱਟ ਆ ਪਰ ਜਦੋਂ ਸਟੇਜ 'ਤੇ ਜਾਂਦੇ ਆ ਹੈ ਨਾ ਸਟੇਜ 'ਤੇ ਜਾ ਕੇ ਜੋ ਲਾਈਵ ਬੰਦਿਆਂ ਨੂੰ ਕਿੱਦਾਂ ਬੰਨ ਕੇ ਰੱਖਣਾ ਕਿੱਦਾਂ ਉਹ ਚੀਜ਼ਾਂ ਐਕਸਪੀਰੀਅੰਸ ਨਾਲ ਹੀ ਆਉਂਦੀਆਂ ਬਿਲਕੁਲ ਬਿਲਕੁਲ ਐਕਚੁਅਲੀ ਤੁਸੀਂ ਮਤਲਬ ਹਰ ਇੱਕ ਚੀਜ਼ ਨੂੰ ਪੁਆਇੰਟ ਬਾਏ ਪੁਆਇੰਟ ਐਕਸਪੀਰੀਅੰਸ ਕਰਕੇ ਅੱਗੇ ਵਧਿਓ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਆ ਜੀ ਕਿਉਂਕਿ ਐਕਚੁਅਲ ਮੀਨਿੰਗ ਸਟਰਗਲ ਦਾ ਇਹੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਕਿ ਆਪਾਂ ਹਰ ਬੰਦਾ ਸਕਸੈਸਫੁਲ ਹੋਣਾ ਚਾਹੁੰਦਾ ਅਤੇ ਉਹ ਸਟਰਗਲ ਤੋਂ ਬਾਅਦ ਹੀ ਮਿਲਦਾ ਜਿਵੇਂ ਕਿ ਮੈਨੂੰ ਲੱਗਦਾ ਜਾਂ ਜਿਵੇਂ ਕਿ ਮੈਂ ਤੁਹਾਡੀ ਗੱਲਬਾਤ ਤੋਂ ਸਮਝ ਪਾਈ ਹਾਂ ਬਿਲਕੁਲ ਠੀਕ ਹੈ ਅਤੇ ਆਪਾਂ ਗੱਲ ਕਰਦੇ ਹਾਂ ਸਫ਼ਰ ਬਾਰੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿਵੇਂ ਦਾ ਸੀਗਾ ਜਾਂ ਕਿਵੇਂ ਦਾ ਹੈਗਾ ਸਫ਼ਰ ਬਹੁਤ ਅੱਛਾ ਜੀ ਮੈਂ ਪਹਿਲਾਂ ਵੀ ਕਿਹਾ ਕਿ ਮੀਡੀਆ 'ਚੋਂ ਮੇਰੀ ਇੱਕ ਲਾਈਫ ਦੀ ਸੈਟਿਸਫੈਕਸ਼ਨ ਹੁੰਦੀ ਆ ਨਾ ਬੰਦਾ ਕਰੋੜਾਂ ਪਤੀ ਵੀ ਆ ਚਾਹੇ ਜੋ ਵੀ ਆ
ਪਰ ਉਹ ਅੰਦਰੋਂ ਅੰਦਰ ਹੀ ਨਾ ਇੱਕ ਸੈਟੀਸਫਾਈ ਨਹੀਂ ਹੋ ਪਾਉਂਦਾ ਖੁਦ ਦੀ ਸੈਟੀਸਫੈਕਸ਼ਨ ਸੈਲਫ ਸੈਟੀਸਫੈਕਸ਼ਨ ਬਹੁਤ ਇੰਪੋਰਟੈਂਟ ਚਾਹੇ ਆਪਣੇ ਕੋਲੇ ਕਰੋੜਾਂ ਰੁਪਏ ਹੋਣ ਦੇ ਬਾਵਜੂਦ ਵੀ ਉਹਦਾ ਇੰਨਾ ਕੁ ਦਿਲ ਨਹੀਂ ਹੁੰਦਾ ਕਿ ਉਹ 100 ਰੁਪਏ ਖਰਚ ਸਕੇ ਹੈ ਨਾ ਜਾਂ ਇਹ ਮੀਡੀਆ ਇੱਕ ਐਸੀ ਲਾਈਨ ਆ ਇੱਥੇ ਸੈਟੀਸਫੈਕਸ਼ਨ ਬਹੁਤ ਅੱਛੀ ਆ ਬਿਲਕੁਲ ਹੈ ਨਾ ਅਸੀਂ ਆਪਣੀ ਲਾਈਫ ਤੋਂ ਚਾਰ ਬੰਦੇ ਜਾਣਦੇ ਆ ਸਾਨੂੰ ਕਿਸਾਨ ਜੀ ਜਿੱਥੇ ਜਾਈਦਾ ਤਾਂ ਉੱਥੇ ਹੁੰਦਾ ਵੀ ਸਾਨੂੰ ਬਲਮਾਨ ਆਏ ਆ ਜਾਂ ਮੈਂ ਇਹੀ ਕਹਿ ਲਾਂ ਕਿ ਸਾਡੇ ਹੋਸਪਿਟਲ ਦੇ ਵਿੱਚ ਹੀ ਲਗਾ ਲਓ ਹੈ ਨਾ ਸਾਡੇ ਹੋਸਪਿਟਲ ਦੇ ਵਿੱਚ ਮੇਰੀ ਰਿਸਪੈਕਟ ਸ਼ਾਇਦ ਮੀਡੀਆ ਕਰਕੇ ਜ਼ਿਆਦਾ ਹੈ ਕਿ ਹਾਂ ਸਾਡੇ ਹੋਸਪਿਟਲ ਦਾ ਇਹ ਸਟਾਰ ਹੈ ਇਹ ਆ ਸਿੰਗਰ ਆ ਅਤੇ ਸਿੰਗਰਾਂ ਦੇ ਵਿੱਚ ਮੇਰੀ ਰਿਸਪੈਕਟ ਜ਼ਿਆਦਾ ਹੈ ਕਿਉਂਕਿ ਇਹ ਕਹਿੰਦੇ ਕਿ ਹਾਂ ਯਾਰ ਹੋਸਪਿਟਲ ਦੇ ਵਿੱਚ ਇਹ ਡਾਕਟਰ ਵੀ ਆ ਬੰਦਾ ਹੈ ਨਾ ਉੱਥੇ ਸੇਵਾਵਾਂ ਵੀ ਪ੍ਰਦਾਨ ਕਰਦੇ ਜਦਕਿ ਮੈਂ ਡਾਕਟਰ ਨਹੀਂ ਹਾਂ ਬਟ ਵੱਜਦਾ ਇਹੀ ਆ ਬਾਹਰ ਕਿ ਹਾਂ ਡਾਕਟਰ ਆ ਹੋਸਪਿਟਲ ਚ ਪਾਰਟ ਆਫ ਹੋਸਪਿਟਲ ਕਹਿ ਸਕਦੇ ਐਕਚੁਅਲ ਚ ਕਿ ਤੁਸੀਂ ਆਪਣੇ ਦਿਲ ਤੋਂ ਕਹਿ ਲਓ ਜਾਂ ਕੁਛ ਵੀ ਆ ਤੁਸੀਂ ਇੱਕ ਆਰਟਿਸਟ ਹੋ ਹਾਂ ਬਿਲਕੁਲ ਬਿਲਕੁਲ ਇਹ ਕਹਿ ਸਕਦੇ ਆ ਠੀਕ ਹੈ ਤੇ ਨੋਬਲ ਮਾਨ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਗੱਲਬਾਤ ਕਰਕੇ ਮੈਂ ਮਤਲਬ ਉਮੀਦ ਕਰਦੀ ਹਾਂ ਕਿ ਤੁਸੀਂ ਅੱਗੇ ਹੋਰ ਪ੍ਰੋਜੈਕਟਸ ਕਰੋ ਮੈਂ ਤੁਹਾਡਾ ਫਿਰ ਦੁਬਾਰਾ ਇੰਟਰਵਿਊ ਲੈਣਾ ਵਾ ਬਿਲਕੁਲ ਹੈ ਜੀ ਅਸੀਂ ਮੈਂ ਆਪਣੇ ਵੱਲੋਂ ਵੀ ਤੁਹਾਡਾ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਰੋਤਿਆਂ ਦਾ ਵੀ ਬਹੁਤ ਜਿਨ੍ਹਾਂ ਨੇ ਪਿਆਰ ਬਖਸ਼ਿਆ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਹਾਂ ਇਕੱਲਾ ਆਪਣੇ ਆਪ 'ਚ ਕੋਈ ਸਟਾਰ ਨਹੀਂ ਹੁੰਦਾ ਕੋਈ ਸਿੰਗਰ ਨਹੀਂ ਹੁੰਦਾ ਬਿਲਕੁਲ ਸਭ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਬਿਲਕੁਲ ਸੋ ਮੈਂ ਬਹੁਤ ਮੈਂ ਦੁਆ ਕਰਦਾ ਕਿ ਤੁਹਾਡਾ ਆਪਣਾ ਚੈਨਲ ਵੀ ਸਾਡੇ ਵੱਲੋਂ ਜਿੰਨਾ ਕੁ ਹੋ ਸਕਿਆ ਉਹ ਵੀ ਅਸੀਂ ਤੁਹਾਡੇ ਨਾਲ ਹਾਂ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ